लो जी अस्सलाम वालेकुम जी, गुड मॉर्निंग, क्या हाल चाल है? ठीक ठाक हो? मैं थोड़ा अपना मंजर ब्लॉग्स। तो लो जी, अज का साडा ब्लॉग रेडी हो गया। तो जिन्हें भरावा अजे तक चैनल सबसक्राइब नहीं किया, चैनल में सबसक्राइब कर लो, लाजमी कर लो, ता कि अच्छी अच्छी मेरी वीडियो आवन तो थोड़े तक जरूर पहुँचन। लो जी, मैं अपना सोहना पिंड बुरज बसोया तुहानू लगा इदा टूर दिखाण के ता कि तुहानू दसा मैं कि पिंडा के मज़े होंगे ने। पिंडा के आई मज़े ने कि अपने निकलो बहर चशमा नाल, इधर जाओ उधर जाओ, कोई फिक्र टेंशन नहीं है। शहर जलालत ही है। तो आप प्रोग्राम बनया खारियाँ जान का, मैं तो नाल मामू ने आप चलें जी हम खारी है। लो जी, खारियों वास्ते निकल आए हैं। खारियाँ हम तो रास्ते नज़ारा दिखाते जाने खारियों का तौर तक। इंशाल्लाह देखते रहो, चलने का बड़ा मज़ा आने वाला है। पिंडा दिया खोतियाँ देखो, पानी खलोते हैं, बारिश हुई है काफ़ी, तो पानी जमीन ही खलोते हैं। बड़ा सोहना मौसम बने है। लो जी, फिर आप आए कोटली बाजार। इतों मोटरवे गुजरनी है, मोटरवे का काम काज हो रहा सारा। तो आप फिर इतने आन के आख्या चलो मोटरवे का थोड़ा व्यू दिखा दी है। लो जी, फिर आप फिरते टुरते आ गए हूँ बार वाली चौक। ये साडा बार वाला वाला चौक है, मतलब बिस्मिल्ला तो पिछे चौक है, तो बार वाला वाला चौक इसका नाम है। तो आप आ गए जी हमें इतने। तो लो जी, फिर आ गए असं बिस्मिल्ला चौक में। एक खारियाँ का मेन चौक है बिस्मिल्ला चौक, इनू आखते हैं। तो आप बिस्मिल्ला चौक च आ गए हैं जी। इतों हूँ आप खारियाँ वाली साइड हो जाना। लो जी, आप चौक लाँग गए। तो आप फिर चढ़ आए हैं जी टी रोड से। जी टी रोड तो हूँ असं खारियाँ मेन बाजार की तरफ जा रहे हैं। उत्थे कचहरी है थोड़ा जहा, नाल ही दफ्तर एक सी, उत्थे पुलिस के दफ्तर काम सी, तो उत्थे जा रहे हैं आप। लो जी, फिर असं पुजे दफ्तर। ए फाइल है मेरे को, इतों एक बंदे को पुलिस वाले को कागज़ लेने से, तो आप इतने कागज़ लैके तो फिर चल।
ਲਓ ਜੀ ਫਿਰ ਸਾਡਾ ਦਿਲ ਕੀਤਾ ਮੈਂਗੋ ਜੂਸ ਪੀਣੇ ਅਤੇ ਅਸੀਂ U-mart 'ਤੇ ਆਏ ਹਾਂ ਅਤੇ ਨਾਲ ਨਿਊ ਸਿਟੀ ਬਣ ਰਹੀ ਹੈ ਨਿਊ ਸਿਟੀ ਖਾਰੀਆਂ ਲਿਖਣ ਹੋਏ ਆ ਤੁਹਾਡੇ ਸਾਹਮਣੇ ਅਤੇ ਆਪਾਂ ਆ ਕੇ ਫਿਰ U-mart 'ਤੇ ਇੱਥੇ ਮੈਂਗੋ ਜੂਸ ਮਿਲਦਾ ਬੜੇ ਮਜ਼ੇ ਦਾ ਅਤੇ ਲਓ ਜੀ ਫਿਰ ਆਪਾਂ ਪੀਂਦੇ ਹਾਂ ਹੁਣ ਮੈਂਗੋ ਜੂਸ ਇੱਥੋਂ ਲੈਂਦੇ ਹਾਂ ਇੱਥੇ ਕਾਫੀ ਮਜ਼ੇ ਦਾ ਕਾਫੀ ਇੰਟਰਸਟਿੰਗ ਹੁੰਦਾ ਆ ਕੇ ਤੁਹਾਨੂੰ ਮੈਂ ਰੇਟ ਦਿਖਾ ਸਕਦਾ ਕਿ ਅਗਰ ਕਿਸੇ ਭਰਾ ਦਾ ਦਿਲ ਕਰੇ ਤਾਂ ਇੱਥੋਂ ਆਣ ਕੇ U-mart ਤੋਂ ਪੀ ਸਕਦਾ ਲਓ ਜੀ ਫਿਰ ਆਪਾਂ ਲਏ ਜੂਸ ਅਤੇ ਮੋਟਰਸਾਈਕਲ ਕੀਤਾ ਸਟਾਰਟ ਗੱਡੀਆਂ ਹੀ ਵਿਹਲੀ ਨਹੀਂ ਸੀ ਕੋਈ ਵੀ ਅਤੇ ਆਪਾਂ ਜੂਸ ਪੀਂਦੇ ਪੀਂਦੇ ਘਰ ਨੂੰ ਗਏ ਠੰਡਾ ਸੀ ਕਾਫੀ ਮਜ਼ੇਦਾਰ ਸੀ ਕਾਫੀ ਪਾਏਦਾਰ ਜੂਸ ਸੀ ਇਹਨਾਂ ਦਾ ਇਹ ਆ ਥੋੜ੍ਹਾ ਸੰਘਣਾ ਲਓ ਜੀ ਫਿਰ ਹੁਣ ਟਾਈਮ ਹੋ ਗਿਆ ਜ਼ੋਹਰ ਦਾ ਅਤੇ ਆਪਾਂ ਜ਼ੋਹਰ ਦੀ ਨਮਾਜ਼ ਪੜ੍ਹਨ ਵਾਸਤੇ ਇੱਥੇ ਸਟੇ ਕੀਤੀ ਹੈ ਮਡਾੜੀਆਂ ਆ ਕੇ ਅਤੇ ਆਪਾਂ ਹੁਣ ਇੱਥੇ ਨਮਾਜ਼ ਪੜ੍ਹਨ ਲਿਆ ਲਓ ਜੀ ਫਿਰ ਪੜ੍ਹਦੇ ਹਾਂ ਨਮਾਜ਼ ਲਓ ਜੀ ਨਮਾਜ਼ ਪੜ੍ਹੀ ਅਤੇ ਫਿਰ ਗਰਮੀ ਸੀ ਕਾਫੀ ਪਰਸੀਨੋ ਪਰਸੀਨ ਹੋ ਗਏ ਮਸਜਿਦ ਦਾ ਬੂਹਾ ਦਰਵਾਜ਼ਾ ਅੰਦਰੋਂ ਬੰਦ ਸੀ ਬਾਹਰ ਲੋਕ ਨਮਾਜ਼ ਪੜ੍ਹੀ ਪਰਸੀਨਾ ਆ ਗਿਆ ਆਪਾਂ ਕਾਰ ਆ ਗਿਆ ਹੁਣ ਲਓ ਜੀ ਫਿਰ ਕਾਰ ਆਏ ਝੱਟ ਲੇਟੇ ਹਾਂ ਹੁਣ ਉੱਠ ਕੇ ਅਤੇ ਆਪਾਂ ਚੱਲੇ ਹਾਂ ਜੀ ਬਾਹਰ ਬਾਹਰ ਜਾਣ ਕੇ ਦੇਖਦੇ ਹਾਂ ਕਿਸ ਸੂਰਤ 'ਤੇ ਹਾਲ ਨੇ ਆਈ ਅਤੇ ਲਓ ਜੀ ਹੁਣ ਤੁਹਾਡਾ ਭਰਾ ਜਾ ਰਿਹਾ ਆਪਣੀ ਗਲੀ 'ਚੋਂ ਬਾਹਰ ਨਿਕਲਿਆ ਅਤੇ ਆਇਆ ਤੰਦੂਰ ਅਤੇ ਤੰਦੂਰ ਬੰਦ ਸੀ ਅਤੇ ਇਹ ਬਾਹਰ ਦੇਖ ਲਓ ਕੀ ਹਾਲ ਹੋਇਆ ਬਾਰਿਸ਼ ਨਾਲ ਬਾਰਿਸ਼ ਨੇ ਸਾਰੀ ਇਹਨਾਂ ਦੀ ਭਰਤੀ ਰੋਡ ਖੜ੍ਹੀ ਹੈ ਪਰ ਪਾਣੀ ਕਾਫੀ ਖਲੋਤਿਆ ਅਤੇ ਬਾਬਿਆਂ ਦੀ ਮਹਿਫਲ ਪਹੀ ਸੀ ਅਤੇ ਮੈਂ ਝੱਟ ਉਹਨਾਂ ਕੋਲ ਬੈਠਾ ਵਾਂ ਅਤੇ ਗੱਲਾਂ ਬਾਤਾਂ ਸੁਣੀਆਂ ਅਤੇ ਮੈਂ ਉੱਠ ਕੇ ਇੱਧਰ ਆ ਗਿਆ ਮੇਰਾ ਦਿਲ ਕੀਤਾ ਕਿ ਮੈਂ ਥੋੜ੍ਹਾ ਜਿਹਾ ਇਕੱਲਾ ਬਹਿ ਲਵਾਂ ਚਰਸ ਵਾਲਾ ਅਤੇ ਆਪਾਂ ਫਿਰ ਅੱਜ ਇਹ ਸਾਰੇ ਦਿਨ ਦਾ ਵਲੋਗ ਸਾਡਾ ਇਹ ਸੀ ਕਿ ਅੱਜ ਦੇ ਦਿਨ 'ਚ ਅਸੀਂ ਕਿੱਥੇ ਗਏ ਹਾਂ ਕੀ ਕੁਝ ਕੀਤਾ ਲਓ ਜੀ ਫਿਰ ਮੇਰਾ ਪ੍ਰੋਗਰਾਮ ਬਣ ਗਿਆ ਮੋਬਾਈਲ ਦੁਕਾਨ ਮੋਬਾਈਲ ਵਾਲੀ ਸ਼ਾਪ 'ਤੇ ਇੱਕ ਬਾਈ ਨੂੰ ਫੋਨ ਕੀਤਾ ਉਹਦਾ ਮੋਬਾਈਲ ਨਵਾਂ ਆਏ ਆ ਅਤੇ ਮੈਂ 8+ L ਵਾਪਸ ਕਰਵਾ ਕੇ ਚੇਂਜ ਕਰਵਾ ਕੇ ਅਤੇ ਵਾਈਟ ਕਲਰ 'ਚ ਵਾਟਰ ਪੈਕ ਉਹਨਾਂ ਕੋਲ 256 GB ਆਏ ਆ ਉਹ ਲੈਣ ਜਾ ਰਿਹਾ ਲਓ ਜੀ ਫਿਰ ਮੈਂ ਲਿਆ ਜਨੇਦ ਸਾਹਿਬ ਨੂੰ ਨਾਲ ਬਾਈ ਜਨੇਦ ਨੇ ਸਾਡੇ ਅਤੇ ਆਪਾਂ ਆਏ ਇੱਥੇ ਅੱਗੇ ਖੋਤੀ ਨੇ ਰਾਹ ਬੰਦ ਕੀਤੇ ਆ ਅਤੇ ਆਪਾਂ ਖੋਤੀ ਦੇ ਸਾਈਡ ਤੋਂ ਲੰਘ ਗਏ ਅਤੇ ਆਪਾਂ ਹੁਣ ਜਾ ਰਹੇ ਹਾਂ ਜੀ ਕੋਟਲੇ ਦੀ ਤਰਫ ਕੋਟਲੇ ਜਾਣ ਕੇ ਮੋਬਾਈਲ ਵਾਲੀ ਸ਼ਾਪ 'ਤੇ ਚੱਲਦੇ ਹਾਂ ਉੱਥੋਂ ਮੋਬਾਈਲ ਚੇਂਜ ਕਰਨਾ ਉਹ ਚੇਂਜ ਕਰ ਗਏ ਅਤੇ ਮੈਂ ਆ ਅਤੇ ਮੇਰੇ ਨਾਲ ਜਨੇਦ ਸਾਹਿਬ ਨੇ ਜਨੇਦ ਸਾਹਿਬ ਨਾਲ ਸੁੱਤਿਆਂ ਨੂੰ ਉਠਾ ਲਿਆ ਮੈਂ ਇਹ ਕੁੱਤੇ ਵੀ ਰਾਹ ਵਿੱਚ ਵੜਿਆ ਹੁੰਦੇ ਨੇ ਲੇਕਿਨ ਕੁੱਤਿਆਂ ਦੀ ਪਰਵਾਹ ਨਹੀਂ ਕਰੀ ਦੀ ਆਪਾਂ ਫਿਰ ਚੱਲਦੇ ਹਾਂ ਹੁਣ ਲਓ ਜੀ ਫਿਰ ਆਪਾਂ ਮੋਬਾਈਲ ਸ਼ਾਇਦ ਲੈ ਕੇ ਅਤੇ ਇਹ ਮੋਬਾਈਲ ਦਾ ਤੁਹਾਨੂੰ ਰਿਜ਼ਲਟ ਚੈੱਕ ਕਰਵਾ ਲਿਆ ਇਹ ਮੈਂ ਵਾਟਰ ਪੈਕ ਲਿਆ ਕਾਫੀ ਅੱਛਾ ਫੋਨ ਲਿਆ ਅੱਲਾ ਦਾ ਸ਼ੁਕਰ ਹੈ ਅੱਲਾ ਨਸੀਬ ਕਰੇ ਅਤੇ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।